ਹੈ ਜੀ, ਤੂੰ ਬੜਕ ਮਾਰ, ਮੈਂ ਰੋਟੀ ਖਾ ਲਈ ਏ, ਜੇ ਮੈਨੂੰ ਬੜਕ ਤਾਂ ਕਹਿਣਾ ਮੈਂ ਤੇ 2 ਘੰਟੇ ਬਾਅਦ ਮਾਰ ਸਕਦਾ। ਆਹ ਇਹ ਤਾਂ ਫਲੋਸ ਫਲੋਸ ਹੋਏਗੀ। ਤੇਰੀ ਜ਼ਿੰਦਗੀ ਤੇ ਖੱਬਾ ਹੀ ਚੁੰਮੀ ਜਾਂਦਾ। ਤੇਰਾ ਸਾਥੀ ਕਿੱਥੇ ਹੀ ਸਾਥੀ? ਆਪਣਾ ਕਿਹਨੇ ਕੱਢਿਆ? ਹਰ ਵੇਲੇ ਡਰਾਮੇ ਕਰਦਾ ਰਹਿਣਾ ਸਾਲਿਆ, ਜਰਾ ਜ਼ਾਤੀ ਜ਼ਿੰਦਗੀ ਵੀ ਲਓ ਭਾਈ ਜੀ। ਅੱਜ ਨਰਗਸ ਸਾਹਿਬਾ ਦੀ ਸਾਲਗਿਰਹ, ਇੱਕ ਕਲੈਪ ਹੋਣੀ ਚਾਹੀਦੀ ਵੱਡੀ ਸਾਰੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤੁਸੀਂ ਸਾਰੇ ਸਾਡੀ ਫੈਮਿਲੀ ਹੋ, ਇਹ ਬੜੀ ਬਾਤ ਹੈ ਕਿ ਤੁਹਾਨੂੰ ਫੈਮਿਲੀ ਸਮਝ ਕੇ ਤੁਹਾਡੇ ਨਾਲ ਮਨਾ ਰਿਹਾ ਇਸ ਸਾਲ। ਵੇਚਣ ਵਾਲਾ ਬਾਈ ਤੇ 20-25 ਮਿੰਟ ਲੱਗ ਜਾਣੇ ਨੇ। 20-25 ਮਿੰਟ ਬਸ ਹਾਏ, ਤੂੰ ਤੇ ਚਾਹਨੀ ਸਾਡੀਆਂ ਲਾਸ਼ਾਂ ਨਿਕਲਣ। ਤੂੰ ਤੇ 5000 ਵਾਲਾ ਨੋਟ ਪਤਾ ਨਾ ਲੈ ਲੈਣਾ। ਕਿਉਂ? ਕੱਲ ਮੈਂ ਭਾਲ ਲੈਣ ਗਿਆ, 300 ਰੁਪਇਆ ਰਕਸ਼ੇ ਵਾਲੇ ਨੇ ਲੈ ਲਿਆ। ਫਿਰ ਤਾਂ ਹੀ ਰਿਹਾ, ਕਦੀ ਪਾਰਟੀ ਚਲਾ ਜਾਵਾਂ, ਕਦੀ ਐ। ਸ਼ਰੀਫ ਨਾ ਹੋ ਜਾਈ। ਹੈਲੋ ਹੈਲੋ, ਇੱਕ ਮਿੰਟ ਕਰਨਾ ਯਾਰ, ਉਹ ਸਾਰੇ ਲੰਮੇ ਪੈਂਦੇ ਡਰਾਮੇ ਕਰਦੀ ਕਿ ਨਾਫ ਕੱਢਦੀ ਹੈ। ਲਾਚਾ ਪਾਟਾ ਤੇ ਜਾ ਕੰਮ ਕਰ, ਫੈਸ਼ਨ ਹੀ। ਅੱਛਾ, ਆਪ ਪਾੜੋ ਤੇ ਫੈਸ਼ਨ, ਅਸੀਂ ਪਾੜੀਏ ਤੇ ਪਰਚਾ। ਚਵਲੋ ਜੀ, ਐਵੇਂ ਗੱਲਾਂ ਕਰਦੇ ਹੋ? ਉਹ ਇਸੇ ਉਮਰੇ ਅੱਲਾ ਦਾ ਘਰ ਵੇਖ ਆਈ, ਬੇਸ਼ੱਕ ਹੁਣ ਕਿਤੇ ਟਾਈਮ ਕੱਢ ਕੇ ਮੇਰਾ ਵੀ ਵੇਖ ਲਵੇਗਾ।